ਦਾ ਟੀਵੀ ਅਨਾਲੇ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਪੱਲੂ ਵੱਲੋਂ ਸਤਿ ਸ਼੍ਰੀ ਅਕਾਲ ਜੀ। ਦਰਸ਼ਕੋ, ਜਿੱਥੇ ਹੁਣ ਚੋਣਾਂ ਦਾ ਮਾਹੌਲ ਚੱਲ ਰਿਹਾ ਅਤੇ ਲੋਕ ਆਪੋ ਤਾਪੀ ਦੌੜ ਦੇ ਵਿੱਚ ਪਏ ਹੋਏ ਆ, ਅਤੇ ਇੰਨੇ ਦਿਨਾਂ ਦੇ ਵਿੱਚ ਹੀ ਸਾਨੂੰ ਇੱਕ ਅਜਿਹੇ ਇਨਸਾਨ ਮਿਲੇ ਨੇ ਜੋ ਅੰਦਰੋਂ ਧਰਮ ਦੇ ਨਾਲ ਜੁੜੇ ਹੋਏ ਨੇ, ਕਿਉਂਕਿ ਜਿਹੜੀ ਸ਼ਾਂਤੀ ਹੈ ਉਹ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ। ਭੱਜ ਦੌੜ ਦੇ ਵਿੱਚ ਤਾਂ ਆਪਾਂ ਬੜਾ ਕੁਛ ਟਾਈਮ ਵੀ ਬਹੁਤ ਗੁਜ਼ਾਰ ਦਿੰਦੇ ਹਾਂ, ਅਤੇ ਜਿੰਨਾ ਚਿਰ ਮੈਨੂੰ ਲੱਗਦਾ ਵੀ ਮਨ ਦੀ ਸ਼ਾਂਤੀ ਆਉਂਦੀ ਨਹੀਂ, ਉਹਨਾਂ ਚਿਰ ਆਪਣੇ ਸਾਰੇ ਜਿਹੜੇ ਕਾਰਜ ਅਧੂਰੇ ਰਹਿੰਦੇ ਨੇ। ਅਤੇ ਸਾਡੇ ਨਾਲ ਇਸ ਵੇਲੇ ਮਾਸਟਰ ਜੀ ਹਾਜ਼ਰ ਨੇ, ਅਤੇ ਆਪਾਂ ਉਹਨਾਂ ਦੇ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਕੀ ਉਹਨਾਂ ਦਾ ਮਕਸਦ ਆ, ਅਤੇ ਕਿਸ ਤਰ੍ਹਾਂ ਜਿਹੜੀ ਮਨ ਦੀ ਸ਼ਾਂਤੀ ਆ, ਜਾਂ ਕਿਸ ਤਰ੍ਹਾਂ ਜਿਹੜੀ ਧਰਮ ਨੂੰ ਅਸਲ ਦੇ ਵਿੱਚ ਜਿਹਨੂੰ ਆਪਾਂ ਧਰਮ ਕਹਿੰਦੇ ਹਾਂ ਉਹਨੂੰ ਕਿਸ ਤਰ੍ਹਾਂ ਪਾ ਸਕਦੇ ਹਾਂ ਜੀ। ਨਮਸਕਾਰ ਜੀ। ਬਸ ਜੀ, ਹਮ ਜਾਣਨਾ ਚਾਹਤੇ ਹੈ ਕਿ ਆਪਕਾ ਮਿਸ਼ਨ ਕਿਆ ਹੈ। ਮਿਸ਼ਨ 800 ਕਰੋੜ, ਮਿਸ਼ਨ 800 ਕਰੋੜ, ਯਾਨੀ ਇਸ ਸੰਸਾਰ ਦੀ ਜਿਹੜੀ ਆਬਾਦੀ ਹੈ 800 ਕਰੋੜ, ਆਖਰੀ ਇਨਸਾਨ ਤੱਕ 6 ਸਾਲ ਦੇ ਅੰਦਰ ਜਿਹੜਾ ਪਹੁੰਚਣਾ ਇਹ ਜੀਵਨ ਦਾ ਗਿਆਨ ਦੇਣ ਲਈ ਕਿ ਦੁੱਖ ਸਾਡੇ ਹੀ ਮਨ ਦੀ ਕ੍ਰੀਏਸ਼ਨ, ਅਸੀਂ ਕ੍ਰੀਏਟ ਕੀਤਾ ਹੋਇਆ, ਦੂਜਾ ਕੋਈ ਦੁੱਖ ਨਹੀਂ ਦੇ ਰਿਹਾ। ਉਹ ਅਨੁਭਵ ਕੀਤਾ ਜਿਹੜਾ ਜੀਵਨ ਦਾ 16 ਸਾਲ ਪਹਿਲੇ, ਫਿਰ ਹਜ਼ਾਰਾਂ ਤੋਂ ਲੱਖ ਤੱਕ ਐਕਸਪੈਰੀਮੈਂਟ ਕੀਤਾ, 10 ਸਾਲ ਦੇ ਬੱਚੇ ਤੋਂ 80 ਸਾਲ ਦੀ ਦਾਦੀ ਤੱਕ, ਅਤੇ ਆਲ ਆਰ ਇੰਜੋਇੰਗ, ਸਭ ਮੌਜੀ 'ਚ ਹੈਗੇ। ਅਤੇ ਬਸ ਇਹ ਹੈ ਕਿ ਆਖਰੀ ਇਨਸਾਨ ਤੱਕ ਇਹ ਸੰਦੇਸ਼ ਪਹੁੰਚ ਜਾਏ। ਗੁਰੂ ਸਾਹਿਬ ਦਾ ਹੀ ਸੰਦੇਸ਼ ਹੈ, ਕੁਛ ਨਵਾਂ ਨਹੀਂ ਹੈ ਜੀ, ਕਿ ਸਭ ਹੁਕਮ ਕੇ ਅੰਦਰ, ਸਭ ਹੁਕਮ ਕੇ ਬਾਹਰ ਨਾ ਖੋਏ, ਸਭ ਲਿਖਿਆ ਹੋਇਆ ਖੇਲ ਹੈ, ਕਰਮ ਤੁਹਾਡਾ ਖੇਲ, ਅਤੇ ਕਿੱਦਾਂ ਰਜਾਈ ਵਿੱਚ ਆਉਣਾ, ਹੁਕਮ ਰਜਾਈ, ਅਤੇ ਜੀਵਨ ਮੌਜੀ 'ਚ ਆ ਜਾਂਦਾ। ਬਸ ਉਹੀ ਹੈ ਮਿਸ਼ਨ ਕਿ ਪਹੁੰਚਣਾ ਹੈ ਆਖਰੀ ਇਨਸਾਨ ਤੱਕ। ਦਸੰਬਰ 2023 ਦੇ ਅੰਦਰ ਆਪ ਇਹਨੂੰ ਸੋਸ਼ਲ ਮੀਡੀਆ 'ਚ ਪਾ ਦਿੱਤਾ ਜੀ, ਅਤੇ ਪਿਛਲੇ 100 ਦਿਨਾਂ ਦੇ ਅੰਦਰ ਤਕਰੀਬਨ 150 ਇਵੈਂਟ ਕਰ ਲਏ ਪੂਰੇ ਹਿੰਦੁਸਤਾਨ ਵਿੱਚ ਦੌੜ ਦੌੜ ਕੇ ਜੀ। ਬਸ ਇਹੀ ਹੈ ਕਿ ਇੰਨਾ ਦੁੱਖ ਹੈ, ਸਪੈਸ਼ਲੀ ਨੌਜਵਾਨ ਜਿਹੜਾ ਡਿਪਰੈਸ਼ਨ ਵਿੱਚ ਜਾ ਰਿਹਾ, ਅਤੇ ਅਸੀਂ ਹਜ਼ਾਰਾਂ ਨੌਜਵਾਨਾਂ 'ਤੇ ਵੀ ਐਕਸਪੈਰੀਮੈਂਟ ਕਰ ਰਹੇ ਹਾਂ, ਬੱਚਿਆਂ 'ਤੇ ਵੀ, ਬਜ਼ੁਰਗਾਂ 'ਤੇ ਵੀ ਕੀਤਾ, ਅਤੇ ਕੁਛ ਵੀ ਨਹੀਂ ਹੈ, ਸਿਰਫ ਅਗਿਆਨ ਦੇ ਕਾਰਨ ਦੁੱਖ ਹੈ, ਇਗਨੋਰੈਂਸ। ਗਿਆਨ ਮਿਲ ਗਿਆ, ਉਹ ਗੁਰੂ ਸਾਹਿਬ ਦਾ ਜਿਹੜਾ ਗਿਆਨ ਹੈ, ਸਮਝ ਆ ਗਿਆ, ਰਮਜ ਖੁੱਲ੍ਹ ਗਈ, ਮੌਜ ਆ ਗਈ, ਸਭ ਫਿਰ ਵਾਹਵਾ ਹੋ ਜਾਂਦਾ। ਇਹੀ ਬਸ ਮਿਸ਼ਨ 800 ਕਰੋੜ ਹੈ ਸਰ। ਨਹੀਂ, ਬਹੁਤ ਸਾਰੇ ਲੋਕ ਧਰਮ ਨੂੰ ਤਾਂ ਮੰਨ ਰਹੇ ਨੇ, ਕਿਉਂਕਿ ਜਿਹੜਾ ਸਾਡਾ ਦੇਸ਼ ਆ ਧਾਰਮਿਕ ਦੇਸ਼ ਆ, ਕੋਈ ਕਿਸੇ ਵੀ ਧਰਮ ਨੂੰ ਮੰਨੇ, ਧਰਮ ਨੂੰ ਮੰਨ ਰਹੇ ਨੇ, ਪਰ ਇਸ ਸਟੇਜ 'ਤੇ ਨਹੀਂ ਪਹੁੰਚਦੇ। ਇਹ ਜਿਹੜੀ ਸਟੇਜ ਆ ਉਹ ਹਾਸਲ ਕਰਦਾ ਕੀ ਢੰਗ ਤਰੀਕਾ, ਕਿਸ ਤਰ੍ਹਾਂ ਲੋਕ ਜਿਹੜੀ ਇਹ ਸਟੇਜ ਹਾਸਲ ਕਰਦੇ ਨੇ? ਦੇਖੋ, ਹੈ ਕਿ ਜਨਮ ਹਰੇਕ ਦਾ ਕਿਸੇ ਨਾ ਕਿਸੇ ਧਰਮ ਵਿੱਚ ਹੋਇਆ। ਕੋਈ ਕਹਿੰਦਾ ਮੈਂ ਹਿੰਦੂ, ਕੋਈ ਮੁਸਲਮਾਨ, ਕੋਈ ਸਿੱਖ, ਕੋਈ ਈਸਾਈ, ਕੋਈ ਜੈਨ, ਕੋਈ ਬੋਧ, ਕੋਈ ਕਬੀਰਪੰਥੀ। ਮੇਨ ਹੈ ਕਿ ਜਿਨ੍ਹਾਂ ਜੋ ਅਸੀਂ ਧਰਮ ਕਹਿ ਰਹੇ ਹੈਗੇ ਹਾਂ, ਜੋ ਮਤਲਬ ਗੁਰੂ ਸਾਹਿਬ ਹੈਗੇ, ਗੁਰੂ ਸਾਹਿਬ ਨੇ ਸਾਨੂੰ ਇਹ ਧਰਮ ਜਿਹੜਾ 500 ਸਾਲ ਪਹਿਲੇ ਜਦੋਂ ਸਾਡੇ ਕੋਲ ਆਇਆ ਸਿੱਖੀ ਜਨਮ ਸਾਡਾ, ਅਤੇ ਅਸੀਂ ਜਪੁ ਜੀ ਸਾਹਿਬ, ਜੋ ਉਹਨਾਂ ਦੀ ਬਾਣੀ, ਉਹਨਾਂ ਦੇ ਵਚਨ ਨਿਕਲੇ, ਉਹਨਾਂ ਨੇ ਕਿਹਾ ਕਿਸੇ ਨੂੰ, ਸੰਸਾਰ ਦੁਖੀ ਦੁਖੀ ਆ, ਸਕਲ ਸੰਸਾਰ ਕੋਈ ਉਹ ਸੁਖੀ ਆ ਜਿਹਦਾ ਨਾਮ ਹੈ ਦਾਰ, ਉਹਨਾਂ ਦੇ ਮੁੱਖ ਤੋਂ ਜੋ ਵਚਨ ਨਿਕਲੇ, ਕਿਸੇ ਨੇ ਪੁੱਛਿਆ ਜੋ ਦੁਖੀ ਸੀਗੇ ਉਹ ਕਹਿੰਦੇ ਚਲੇ ਗਏ, ਹੈ ਨਾ। ਇੱਥੇ ਕਾਲੀ ਬੇਨ ਨਦੀ ਜਦੋਂ ਸੁਲਤਾਨਪੁਰ ਲੋਧੀ 'ਚ ਗਏ, ਵਿਸਰਜਿਤ ਹੋਏ, ਅਤੇ ਜਦੋਂ ਬਾਹਰ ਸੰਤਘਾਟ ਆਏ, ਤਾਂ ਸਤ ਦਾ ਸੰਦੇਸ਼ ਦਾ ਕਿ ਇੱਕ ਓਂਕਾਰ ਸਤਨਾਮ, ਅਤੇ ਉਹ ਇੱਕ ਹੈਗਾ ਹੈ, ਪਹਿਲੀ ਗੱਲ ਕਿ ਕੋਈ ਦੋ ਨਹੀਂ ਹੈ। ਇਹ ਸਿਰਫ ਬਾਹਰ ਦੇ ਖੇਲਣ ਲਈ ਅਲੱਗ ਅਲੱਗ ਅਸੀਂ ਦੇਖਦੇ ਹਾਂ ਨਾ ਕਿ ਕੋਈ ਹਿੰਦੂ, ਕੋਈ ਮੁਸਲਮਾਨ, ਕੋਈ ਸਿੱਖ, ਉਹਨਾਂ ਨੇ ਕਿਹਾ ਵੀ ਕੁਛ ਹੈ ਨਹੀਂ ਅਲੱਗ, ਕਿ ਉਸ ਟਾਈਮ ਆਪਸ 'ਚ ਬੜੇ ਝਗੜੇ ਚੱਲ ਰਹੇ ਸੀਗੇ। ਫਿਰ ਉਹਨਾਂ ਨੇ ਅੱਗੇ ਜ਼ਿੰਦਗੀ ਦਾ ਕਿਹਾ ਕਿ ਇੰਨੀ ਸੋਚ ਕਿਉਂ ਹੈ ਭਾਈ, ਇੰਨੀ ਭੁੱਖ ਕਿਉਂ ਲੱਗੀ ਹੋਈ ਹੈ ਤੇਰੇ ਕੋਲ, ਇਹ ਇੰਨਾ ਆਪਣੇ ਨੂੰ ਸ਼ਾਣਾ ਸਮਝਦੇ ਹੈ, ਹੋਮੇ ਰੱਖੇ ਹੋਏ ਹੈ, ਸਿਰ ਦੇ ਵਾਲ ਤੋਂ ਪਾਉਂ ਦੇ ਨਕੂਨ ਤੱਕ ਤੇਰਾ ਕੁਝ ਵੀ ਨਹੀਂ ਹੈ, ਇੱਥੇ ਤੱਕ ਦਿਮਾਗ ਵੀ ਤੇਰਾ ਨਹੀਂ ਹੈ, ਅਤੇ ਤੂੰ ਆਪਣੀ ਇੱਕ ਨਾਮ ਤੈਨੂੰ ਮਿਲ ਗਿਆ ਮਾਂ ਪਿਓ ਤੋਂ,
ਤਾਂ ਤੂੰ ਕੀ ਸਮਝ ਲਿਆ, ਤੂੰ ਹੋ ਗਿਆ ਕਿ ਮੈਂ ਡਾਕਟਰ, ਮੈਂ ਇੰਜੀਨੀਅਰ, ਮੈਂ ਚਾਰਟਰਡ ਅਕਾਊਂਟੈਂਟ, ਇਹ ਕੀ ਹੈ? ਕਰਮ ਸਦੜਾ ਖੇਤ ਹੈ, ਗੁਰੂ ਸਾਹਿਬ ਕਹਿ ਰਹੇ ਨੇ ਤੂੰ ਪਿਛਲੇ ਮਨੁੱਖ ਜਨਮ ਦੇ ਅੰਦਰ ਇੱਛਾ ਕਹੀ ਸੀ ਇਹਨੂੰ ਪਰਮ ਪਿਤਾ ਨੂੰ ਕਿ ਮੈਨੂੰ ਜਿਹੜਾ ਹੈ ਡਾਕਟਰ ਬਣਾ ਦੇ, ਮੈਨੂੰ ਜਿਹੜਾ ਨਾ ਸਟਾਰ ਬਣਾ ਦੇ, ਮੈਨੂੰ ਜਿਹੜਾ ਹੈ ਨਾ ਮਨਿਸਟਰ ਬਣਾ ਦੇ। ਅਤੇ ਤੈਨੂੰ ਬਣਾਇਆ ਇਸ ਲਈ ਕਿ ਤੂੰ ਸੰਸਾਰ ਵਿੱਚ ਕਰਕੇ ਆਪਣੇ ਘਰ ਲੌਟ, ਜਿਹਨੂੰ ਸੱਚਖੰਡ ਕਹਿ ਰਹੇ ਗੁਰੂ ਸਾਹਿਬ ਨਾ, ਪਾਰ ਬ੍ਰਹਮ ਗੋਡ ਹੋਮ, ਕਿ ਵਾਪਸ ਲੌਟ। ਫਿਰ ਤੂੰ ਜਿਹੜਾ ਸ਼ਿਕਾਇਤ ਕਰਦਾ, ਮੈਂ ਕਹਿ ਰਿਹਾ ਹੁਕਮ ਦੇ ਅੰਦਰ ਸਭ, ਹੁਕਮ ਦੇ ਬਾਹਰ ਨਾ ਕੋਈ। ਗੁਰੂ ਸਾਹਿਬ ਇਹ ਕਿਹਾ ਨਾ ਕਿ ਬਈ ਸਭ ਲਿਖਿਆ, ਤੂੰ ਮੰਗਿਆ ਸੀ ਦਿੱਤਾ, ਹੁਣ ਤੂੰ ਰਜਾਈ ਵਿੱਚ ਨਹੀਂ ਆ ਰਿਹਾ, ਫਿਰ ਤੂੰ ਸ਼ਿਕਾਇਤ ਕਰ ਰਿਹਾ, ਫਿਰ ਤੂੰ ਕੁਛ ਮਿਲਦਾ ਤਾਂ ਕਹਿੰਦਾ ਮੈਂ ਕੀਤਾ, ਮੈਂ ਕਰ ਰਿਹਾ, ਫਿਰ ਇਹ ਹੋਮੇ ਲਿਆ ਰਿਹਾ, ਮੇਰਾ ਮੈਂ ਹੀ ਨਹੀਂ, ਮੇਰਾ ਬੇਟਾ, ਮੇਰਾ ਘਰ, ਤੇਰਾ ਹੈਗਾ, ਤੇਰਾ ਕੁਝ ਹੈ? ਜੇ ਤਾਂ ਤੇਰਾ ਹੈ ਹੀ ਨਹੀਂ, ਤੂੰ ਰੋਲ ਪਲੇ ਕਰ, ਜੋ ਤੂੰ ਮੰਗਿਆ ਸੀ ਮੌਜ ਕਰ, ਵਾਪਸ ਆ ਕਰ। ਅੱਜ 500 ਸਾਲ ਹੋ ਗਏ, 80 ਸਾਲ ਦੀ ਵੀ ਉਮਰ ਲਗਾਈ ਹੈ, ਅਤੇ 6 ਵਾਰ ਮਰ ਕੇ ਪੈਦਾ ਹੋ ਗਏ, ਅਸੀਂ ਸੱਚਖੰਡ ਕਿਉਂ ਨਹੀਂ ਪਹੁੰਚੇ, ਕਿਉਂ ਨਹੀਂ ਗੁਰੂ ਸਾਹਿਬ ਨੂੰ ਮਿਲੇ? ਕਿਉਂਕਿ ਕਿਹਾ ਉਹਨਾਂ ਨੇ, ਤੂੰ ਫਸਲ ਬੋਂਦਾ ਰਹੇਗਾ ਇੱਛਾ ਦੀ ਇਸ ਸੰਸਾਰ ਵਿੱਚ, ਅਟੈਚਮੈਂਟ ਟੂ ਡਿਜ਼ਾਇਰ, ਅਤੇ ਤੇਰਾ ਜਨਮ ਮਰਨ ਹੁੰਦਾ ਰਹੇਗਾ। ਜਦੋਂ ਤੱਕ ਤੇ ਸੰਸਾਰ ਤੋਂ ਪੇਟ ਨਹੀਂ ਭਰ ਜਾਏਗਾ, ਬਸ ਮੈਂ ਦੇਖ ਲਿਆ ਸਭ ਕੁਝ, ਹੁਣ ਮੈਨੂੰ ਜਿੰਦਾ ਗੁਰੂ ਸਾਹਿਬ ਚਾਹੀਦੇ, ਤਾਂ ਤੱਕ ਤੂੰ ਇਸ ਜਨਮ ਮਰਨ ਦੇ ਚੱਕਰਾਂ ਵਿੱਚ ਆਉਂਦਾ ਰਹੇਗਾ। ਅਤੇ ਇਸ ਲਈ ਉਹ ਕਹਿੰਦੇ ਨਾ, ਮੈਂ ਦਿੰਦਾ ਜਾਂਦਾ, ਤੂੰ ਥੱਕਦਾ ਹੀ ਨਹੀਂ ਮੰਗਦਾ, ਤੂੰ ਕਿੰਨਾ ਚਾਹੀਦਾ ਬਾਈ ਸੰਸਾਰੀ? ਦੇਖ ਤੂੰ ਜੋ ਮੰਗ ਰਿਹਾ, ਪਹਿਲੇ ਦੇਖ ਦੌਲਤ ਮੰਗ ਰਿਹਾ, ਦੌਲਤ ਵਾਲਾ ਖੁਸ਼ ਹੈ, ਕੁਰਸੀ ਵਾਲਾ ਖੁਸ਼ ਹੈ, ਜਿੱਥੇ ਤੂੰ ਉੱਥੇ ਤੂੰ ਖੁਸ਼ ਹੀ ਨਹੀਂ ਹੁੰਦਾ, ਰਾਜੀ ਨਹੀਂ ਹੁੰਦਾ। ਹੁਕਮ ਰਜਾਈ, ਤੇਰਾ ਖੇਤ ਬਣਾਇਆ, ਹੁਣ ਤੂੰ ਫਿਰ ਹੋਰ ਚਾਹੀਦਾ। ਅਤੇ ਉਹ ਜਿਹੜੀ ਬਾਣੀ ਜਦੋਂ ਸਾਨੂੰ ਗੁਰੂ ਸਾਹਿਬ ਦੀ ਸਮਝ ਆ ਜਾਏ, ਮੈਨੂੰ ਸਮਝ ਆਈ 16 ਸਾਲ ਪਹਿਲੇ, ਫਿਰ ਮੈਂ ਹਜ਼ਾਰਾਂ ਨੂੰ ਸਮਝਾਇਆ, ਹਜ਼ਾਰਾਂ ਨੂੰ ਸਮਝ ਆ ਰਹੀ, ਮੌਜ ਹੀ ਜਾ ਰਹੇ ਨੇ, ਫਿਰ ਮੈਂ ਕੁਛ ਛੱਡਣਾ ਹੀ ਨਹੀਂ। ਫਿਰ ਉਹ ਲਾਈਨ ਬੜੀ ਪਿਆਰੀ, ਖਿਲੰਦੀਆਂ ਸੰਦੀਆਂ ਖਾਵੰਦੀਆਂ ਵਿੱਚੋਂ ਇਹ ਮੁੱਖ, ਹੁਣ ਸਮਝ ਆ ਗਈ, ਇਹ ਛੱਡਣਾ ਕੁਛ ਨਹੀਂ ਹੈ, ਪਰ ਅੰਦਰੋਂ ਦੀ ਇਹ ਜਿਹੜੀ ਪਕੜ ਹੈ ਹੋਮੇ, ਉਹ ਛੱਡਣੀ ਪਊਗੀ, ਕਿਉਂਕਿ ਉਹ ਸਾਨੂੰ ਇੱਛਾਵਾਂ ਦੇ ਨਾਲ ਜੋੜ ਕੇ ਦੁਖੀ ਕਰ ਰਹੀ ਹੈ, ਅਤੇ ਅੰਦਰੋਂ ਅਟੈਚਮੈਂਟ ਹਟਦੇ ਹੀ ਡਿਜ਼ਾਇਰ ਨਾਲ ਮੋਜ ਆ ਗਈ। ਅਸੀਂ ਮਸਲਾ ਤਾਂ ਸਾਰੀ ਦੁਨੀਆ ਦਾ, ਮੈਨੂੰ ਲੱਗਦਾ ਮਾਸਟਰ ਜੀ ਇੱਥੇ ਆ ਕੇ ਖੜਿਆ ਹੋਇਆ ਕਿ ਲੋਕ ਪਾਠ ਪੂਜਾ ਵੀ ਕਰਦੇ ਆ, ਜੇ ਮੈਂ ਆਪਣੇ ਧਰਮ ਦੀ ਗੱਲ ਕਰਾਂ, ਸਿੱਖ ਧਰਮ ਵਾਲੇ ਵੀ ਗੁਰਬਾਣੀ ਵੀ ਪੜ੍ਹਦੇ ਆ, ਸਭ ਕੁਛ ਆ, ਦੂਸਰੇ ਧਰਮਾਂ ਵਾਲੇ ਆਪਣੇ ਆਪਣੇ ਜੋ ਉਹਨਾਂ ਦਾ ਧਰਮ ਕਹਿੰਦਾ ਵਾ ਜਾਂ ਉਹਦੇ ਮੁਤਾਬਕ ਸਾਰੇ ਪੂਜਾ ਪਾਠ ਕਰਦੇ ਆ, ਪਰ ਇਹ ਹੈ ਵੀ ਜਿਹੜੀ ਇਹ ਸਟੇਜ ਆ ਜੋ ਗੁਰੂ ਸਾਹਿਬ ਆਪਾਂ ਨੂੰ ਦੱਸ ਕੇ ਗਏ ਆ, ਜਾਂ ਜਿਹੜੇ ਹੋਰ ਧਾਰਮਿਕ ਪ੍ਰੀਸਟ ਸੀਗੇ ਉਹ ਦੱਸ ਕੇ ਗਏ ਆ, ਉਸ ਸਟੇਜ ਨੂੰ ਆਪਾਂ ਪਕੜਨਾ ਕਿਵੇਂ, ਆਪਾਂ ਮਤਲਬ ਉਹ ਜਿਹੜੀ ਬਰੀਕੀ ਆ ਉਹਨੂੰ ਕਿਸ ਤਰ੍ਹਾਂ ਪਕੜ ਸਕਦੇ? ਜੇ ਅਗਰ ਅਸੀਂ ਸੜਕ 'ਤੇ ਜਾ ਰਹੇ ਹਾਂ ਗੱਡੀ ਲੈ ਕੇ ਜੀ, ਅਤੇ ਰਸਤੇ 'ਚ ਪਤਾ ਲੱਗਦਾ ਕੁਝ ਗਲਤ ਤਾਂ ਨਹੀਂ, ਕਿਸੇ ਨੂੰ ਪੁੱਛਦਾ ਤੁਸੀਂ ਗਲਤ ਆ ਗਏ, 5 ਕਿਲੋਮੀਟਰ ਅੱਗੇ ਆ ਗਏ, ਪਿੱਛੇ ਮੁੜੋ ਅਤੇ ਟਰਨ ਲਓ, ਜਾਂਦੇ ਹਾਂ ਕਿ ਨਹੀਂ? ਅਸੀਂ ਫਟਾਫਟ ਯੂਟਰਨ ਲੈ ਲੈਂਦੇ ਹਾਂ, ਪਤਾ ਨਹੀਂ ਅਣਜਾਣ ਬੰਦਾ ਹੈ। ਗੁਰੂ ਸਾਹਿਬ ਨੇ ਜਿੰਨੀ ਬਾਣੀ ਕੀਤੀ ਆ, ਸੱਚੀ ਦੇਖੀਏ ਅਸੀਂ ਕਿਹੜੀ ਲਾਈਨ ਫੋਲੋ ਕਰ ਰਹੇ ਹੈਗੇ? ਅਸੀਂ ਉਹ ਕਹਿ ਰਹੇ ਨੇ ਕਿ ਅੰਦਰ ਤੇਰੇ ਹੋਮੇ ਹੈ ਅਤੇ ਤੂੰ ਕੁੜਿਆਰ ਹੈ, ਜੇ ਹੋਮੇ ਨਹੀਂ ਹੈ ਸੱਚਿਆਰ ਹੈ ਜੀ, ਅਤੇ ਹੋਮੇ ਨਹੀਂ ਹੈ। ਅਸੀਂ ਭਲੇ ਕਹਾਂਗੇ ਕਿ ਅਸੀਂ ਇਹਨਾਂ ਮੰਨਦੇ ਹਾਂ ਗੁਰੂ ਸਾਹਿਬ ਨੂੰ, ਪਰ ਉਹਨਾਂ ਦੇ ਬੱਚਨਾਂ ਨੂੰ ਮੰਨ ਰਹੇ ਹਾਂ? ਅਸੀਂ ਕਿਉਂਕਿ ਜਨਮ ਤੋਂ ਹੀ ਮਾਂ ਨੇ ਪਹਿਲਾ ਸ਼ਬਦ ਕਿਹਾ ਮੈਂ ਤੇਰੀ ਮਾਂ, ਅਗਰ ਇਹ ਮਾਂ ਕਹਿੰਦੀ ਮੈਂ ਗਾਰਜੀ ਹਾਂ ਨਾ, ਤੈਨੂੰ ਬਣਾਉਣ ਵਾਲਾ ਕੋਈ ਹੋਰ ਹੈ, ਮੈਨੂੰ ਵੀ, ਮੈਂ ਤੇਰੀ ਕੇਅਰ ਟੇਕ ਕਰ ਰਿਹਾ ਬੇਟਾ। ਅਤੇ ਸ਼ੁਰੂ ਤੋਂ ਹੀ ਪਾਠ ਜਿਹੜਾ ਮੈਂ ਦਾ ਮਿਲਿਆ ਉਹ ਮੈਂ ਪੱਕਦੀ ਚਲੀ ਗਈ, ਫਿਰ ਸਮਾਜ ਵਿੱਚ ਮੇਰਾ 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 ਆ ਗਿਆ, ਇਹ ਮੈਂ ਮੇਰਾ ਦੀ ਇੰਨੀ ਆਸਕਤੀ ਹੋ ਗਈ, ਰੌਕ ਹੋ ਗਿਆ, ਹੁਣ ਉਸ ਨੂੰ ਜਿਹੜਾ ਹਟਾਉਣ ਲਈ ਅਗਿਆਨ ਇੰਨਾ ਵੱਧ ਗਿਆ ਕਿ ਮੈਂ ਆਪਣੇ ਨੂੰ ਸਮਝ ਬੈਠਾ ਕੁਝ, ਅਤੇ ਹੁਣ ਉਹਨੂੰ ਤੋੜਨ ਲਈ ਗਿਆਨ ਬਾਰ ਬਾਰ ਜਦੋਂ ਪਾਠ ਕਰ ਰਹੇ ਹਾਂ। ਹੁਣ ਪਾਠ ਇਹ ਦੇਖਣਾ ਕਿ ਪੌੜੀਆਂ ਚੜ੍ਹਨੀਆਂ, ਕਿ ਗੁਰੂ ਸਾਹਿਬ ਕਹਿ ਰਹੇ ਨੇ ਕਿਉਂ ਨਹੀਂ ਜਾ ਰਹੀ,
ਕਹਿ ਰਹੇ ਨੇ ਮਤੀ ਵਿੱਚ ਰਤਨ ਜਵਾਹਰ ਮਾਣਿਕ, ਜੇ ਕਿ ਗੁਰ ਕੀ ਸਿੱਖ ਸੁਣੀ। ਗੁਰੂ ਸਾਹਿਬ ਦੀ ਸਿਖਾਵਨ ਕਿਉਂ ਨਹੀਂ ਜਾ ਰਹੀ ਹੈ? ਕਿਉਂ ਅਸੀਂ ਆਪਣੀ ਹੋਮੇ ਦੇ ਅੰਦਰ ਫਸੇ ਹਾਂ? ਜਦੋਂ ਸਾਨੂੰ ਪਤਾ ਹੈ ਅਗਰ ਸ਼ਵਾਸ ਜਿਹੜੀ ਹੈ ਥੋੜ੍ਹੀ ਜਿਹੀ ਹਿੱਲ ਗਈ, 80-90 ਆ ਗਈ, ਤਾਂ ਧੱਪੜ ਧੱਪੜ ਕਰੋਨਾ ਦੇ ਅੰਦਰ ਹੋ ਗਿਆ। ਹੈਂ, ਬੁਖਾਰ 98.6 ਤੋਂ ਸਿਰਫ 100 ਹੋ ਜਾਏ ਤਾਂ ਜਾਨ ਨਿਕਲ ਜਾਂਦੀ ਹੈ, ਗਰਮ ਹੋ ਗਿਆ ਸਰੀਰ। ਸਾਡਾ ਹੈ ਕੀ? ਜਦੋਂ ਹੈ ਹੀ ਰੱਬ ਦਾ, ਅਤੇ ਰੱਬ ਨੇ ਅੰਦਰ ਖੇਤ ਜਿਹੜਾ ਉਹ ਕਿਹਾ ਪ੍ਰੋਜੈਕਟ ਅਤੇ ਰੋਲ ਲਗਾ ਤਾ, ਖੇਤ ਫਸਲ ਜਿਹੜੀ ਹੈ ਇਹ ਸਕਰੀਨ 'ਤੇ ਚੱਲ ਰਹੀ, ਤਾਂ ਕਿਉਂ ਵਿੱਚ ਆ ਗਿਆ? ਅਤੇ ਵਾਰ ਵਾਰ ਇਸ ਚੀਜ਼ ਦਾ ਰਿਅਲਾਈਜੇਸ਼ਨ ਪ੍ਰਾਸ਼ਚਿਤ ਕਰਨਾ ਪਊਗਾ, ਗਲਤੀ ਦਾ, ਮੇਰਾ ਨਹੀਂ ਹੈ। ਕਿਹਾ ਨਾ ਅਸੰਖ ਚੋਰ ਹਰਾਮਖੋਰ, ਚੋਰਾਂ ਨੂੰ ਥੋੜ੍ਹੀ ਕਿਹਾ ਇਹ ਸਰੀਰ ਕਹਿੰਦਾ ਤੇਰਾ ਹੈ ਗਿਆ, ਇਹ ਸਰੀਰ ਤੇਰਾ ਨਹੀਂ, ਤੂੰ ਆਪਣਾ ਕਿੱਦਾਂ ਕਹਿ ਲਿਆ? ਪਰ ਉਹ ਜਨਮ ਤੋਂ ਕਿਉਂਕਿ ਪੱਕਤਾ ਹੋ ਗਈ ਹੈ, ਹੁਣ ਗੁਰੂ ਸਾਹਿਬ ਦੀ ਬਾਣੀ ਨੂੰ ਵਾਰ ਵਾਰ ਚਿੰਤਨ ਕਰਨਾ ਪਊਗਾ। ਸਿਰਫ ਪੜ੍ਹਨੀ ਨਹੀਂ, ਚਿੰਤਨ ਕਰਨਾ ਪਊ, ਕਿਉਂ ਮੈਂ ਆਪਣਾ ਮੰਨ ਰਿਹਾ? ਜਦੋਂ ਮੈਂ ਹੀ ਨਹੀਂ ਹਾਂ ਤਾਂ ਮੇਰੇ ਬੱਚੇ, ਮੇਰਾ ਸੰਸਾਰ, ਇਹ ਸਭ ਤਾਂ ਖੇਲ ਹੈ। ਮੈਂ ਮੰਗਿਆ ਸੀ ਖੇਲ ਨੂੰ ਖੇਲੋ, ਖਿਲੰਦੀਆਂ ਸੰਦੀਆਂ ਗਾਵਾਂਦੀਆਂ, ਅਤੇ ਇਹ ਜਿਹੜਾ ਅਗਿਆਨ ਦੇ ਕਾਰਨ ਅੰਦਰ ਫਟਕ ਆ ਗਈ ਹੈ, ਰੋਜ਼ਾਨਾ ਗਿਆਨ। ਫਿਰ ਗੁਰੂ ਸਾਹਿਬ ਨੇ ਕੀ ਕਿਹਾ? ਕਿਸੇ ਤੱਤਵਦਰਸ਼ੀ ਗਿਆਨੀ ਤੋਂ ਜਾ ਕੇ ਗਿਆਨ ਲਈ। ਮਤਲਬ ਮੈਂ ਬੋਲ ਰਿਹਾ, ਜੇ ਅਗਰ ਮੈਂ ਅੰਦਰ ਖੁਦ ਹੀ ਦੁਖੀ ਹਾਂ, ਮੈਂ ਖੁਦ ਹੀ ਹੋਮੇ ਹਾਂ, ਮੈਂ ਖੁਦ ਹੀ ਰਜਾਈ ਵੀ ਨਹੀਂ, ਮੈਂ ਤੁਹਾਨੂੰ ਕਿੱਦਾਂ ਰਜਾਈ ਵੀ ਲਿਆਵਾਂਗਾ? ਮੈਂ ਕਿਉਂਕਿ ਐਕਸਪੈਰੀਮੈਂਟ ਕੀਤਾ ਆਪਣੇ ਉੱਪਰ, ਅਤੇ ਉਹ 120-220 ਦਿਮਾਗ ਟੈਂਸਫੁੱਲ ਮੌਜ ਹੀ 'ਚ ਆ ਗਏ। ਅੱਜ ਹਜ਼ਾਰਾਂ ਉੱਪਰ ਐਕਸਪੈਰੀਮੈਂਟ ਕੀਤਾ, ਆਲ ਆਰ ਇੰਜੋਇੰਗ। ਜਿੰਨੀ ਹੋਮੇ ਬਾਹਰ ਆ ਰਹੀ, ਉਨੀ ਮੌਜ ਆ ਰਹੀ ਹੈ। ਕੁਛ ਵੀ ਨਹੀਂ ਕੀਤਾ, ਸਭ ਕੰਮ, ਨੌਕਰੀਆਂ, ਕੰਮ, ਧੰਦੇ, ਖਾ ਰਹੇ, ਜੀ ਇਹ ਛੱਡਣਾ, ਉਹ ਛੱਡਣਾ, ਕੁਛ ਨਹੀਂ ਛੱਡਣਾ, ਅਤੇ ਗੁਰੂ ਸਾਹਿਬ ਦੀ ਉਹ ਲਾਈਨ। ਅਤੇ ਅੱਜ ਤੇ ਨੌਜਵਾਨ ਜਿਹੜਾ ਹੈ ਇੰਨਾ ਡਿਪਰੈਸ਼ਨ ਵਿੱਚ ਜਾ ਰਿਹਾ ਹੈ, ਜੁਆਇੰਟ ਫੈਮਲੀਆਂ ਟੁੱਟ ਗਈਆਂ, ਪਿਆਰ ਖਤਮ ਹੋ ਗਿਆ, ਕਿੱਥੇ ਸ਼ੇਅਰ ਕਰੇ? ਅਨ ਬਾਹਰ ਦਾ ਵਿਕਾਸ ਇੰਨਾ ਹੋ ਗਿਆ, ਉਹ ਖਤਮ ਨਹੀਂ ਹੋ ਸਕਦਾ, ਔਰ ਦੀ ਡਿਮਾਂਡ ਇੱਛਾ ਹੈ। ਅਤੇ ਸਿਰਫ ਜ਼ਿੰਦਗੀ ਦਾ ਗਿਆਨ ਹੀ ਨੌਜਵਾਨ ਨੂੰ ਬਚਾ ਸਕਦਾ ਹੈ, ਨਹੀਂ ਤਾਂ ਪੂਰਾ ਦਾ ਪੂਰਾ ਹਿੰਦੁਸਤਾਨ, ਜਿੱਥੇ 140 ਕਰੋੜ ਦੀ ਆਬਾਦੀ ਹੈ, ਸੋਚੋ ਅਮਰੀਕਾ, ਯੂਰੋਪ ਗਿਆ ਤਾਂ ਪਹਿਲਾਂ ਹੀ ਡਿਪਰੈਸ਼ਨ ਹੋਇਆ ਪਿਆ, ਉਹਦੇ ਤਾਂ ਆਬਾਦੀ ਕਿੰਨੀ ਹੈ। ਇੱਥੇ ਅੱਜ ਨੌਜਵਾਨ ਡਿਪਰੈਸ਼ਨ ਜਾ ਰਿਹਾ, 25-50 ਸਾਲ ਵਿੱਚ ਜਦੋਂ ਅਸੀਂ ਡਿਸਅਪੀਅਰ ਹੋ ਜਾਵਾਂਗੇ, ਤਾਂ ਸੋਚੋ ਹਿੰਦੁਸਤਾਨ ਪੂਰਾ ਹੀ ਡਿਪਰੈਸ਼ਨ ਵਿੱਚ ਚਲਾ ਜਾਊਗਾ। ਹੂ ਵਿਲ ਸੇਵ ਦੈਮ? ਆਪਣੀ ਜ਼ਿੰਦਗੀ ਦਾ ਗਿਆਨ। ਇਸ ਲਈ ਮੈਂ ਐਕਸਪੈਰੀਮੈਂਟ ਕੀਤਾ, ਜੋ ਜੋ ਗਿਆਨ ਹੀ ਜਾ ਰਹੇ, ਸਾਡੇ ਨੌਜਵਾਨੀ ਮੌਜ ਹੈ ਕਿ ਸਮਝ ਗਏ, ਖੇਲ ਹੈ, ਕੁਛ ਵੀ ਨਹੀਂ ਹੈ ਬਈ। ਰੋਲ ਅਦਾ ਕਰੋ ਕੈਮਰੇ ਦੇ ਆ ਕੇ, ਜਿੱਦਾਂ ਹੈਗਾ ਸ਼ੂਟਿੰਗ ਚੱਲ ਰਹੀ ਹੈ, ਚਿੱਤਰਗੁਪਤ ਚਿੱਤ ਲੈ ਰਿਹਾ, ਅਟਕੋ ਨਹੀਂ, ਹੋਮੇ ਨਾ ਲਿਆਓ, ਸੀਨ ਵਿੱਚ ਪਾਸ ਆਨ ਹੋ ਜਾਓ, ਸੱਚਖੰਡ ਪਹੁੰਚੋ। ਗੁਰੂ ਸਾਹਿਬ ਜ਼ਿੰਦਾ ਇੰਤਜ਼ਾਰ ਕਰ ਰਹੇ ਸਾਡੀ, ਇਹ ਥੋੜ੍ਹੀ ਗੁਰੂ ਸਾਹਿਬ ਨਹੀਂ ਹੈਗੇ, ਜ਼ਿੰਦਾ ਬੈਠੇ ਨਾ ਅਸੀਂ। 6 ਜਨਮ ਮਰ ਕਰ ਅਗਰ ਆ ਗਏ ਤਾਂ ਉਹ ਨਹੀਂ ਲੋਟੇ, ਅਤੇ ਉਹ ਲੋਟ ਵੀ ਜਾਓਗੇ, ਹੋਰ ਕੀ ਚਾਹੀਦਾ? ਮੌਜ ਹੈ। ਨਹੀਂ, ਗੱਲ ਤਾਂ ਮਾਸਟਰ ਜੀ ਇਕੱਲੇ ਹਿੰਦੁਸਤਾਨ ਦੀ ਨਹੀਂ, ਇਸ ਵੇਲੇ ਤਾਂ ਸਾਰੇ ਜਿਹੜੀ ਦੁਨੀਆ ਦੇ ਵਿੱਚ ਹੀ ਇਹੀ ਚੱਲ ਰਿਹਾ। ਹੁਣ ਦੇਖੋ ਕਿੰਨੇ ਜੰਗ ਜੁੰਗ ਚੱਲ ਰਹੇ ਆ, ਸਾਰਾ ਮਸਲਾ ਤਾਂ ਇਹ ਹੈ ਜੇ ਉਹ ਆਪਣੇ ਆਪ ਨੂੰ ਪਾ ਲੈਂਦਾ। ਜੇ ਜਿਹੜੀ ਗੱਲ ਆਪ ਜੀ ਕਹਿ ਰਹੇ ਹੋ, ਜੇ ਸਾਰੀ ਦੁਨੀਆ ਇਸ ਪੁਆਇੰਟ 'ਤੇ ਪਹੁੰਚਦੇ, ਫਿਰ ਤਾਂ ਸਾਰੇ ਝਗੜੇ ਝੜੇ ਖਤਮ ਹੋ ਜਾਂਦੇ ਆ। ਜਿਹੜਾ ਮੇਰਾ ਸਵਾਲ ਸੀ ਵੀ ਜਿਹੜੀ ਇਹ ਸਟੇਜ ਆ, ਇਸ ਨੂੰ ਹੁਣ ਲੋਕ ਧਾਰਮਿਕ ਪਾਠ ਪੂਰਾ ਤਾਂ ਕਰ ਰਹੇ ਆ, ਵੀ ਉਹ ਛੁੱਟਦੀ ਕਿੱਥੇ ਆ, ਉਹਨੂੰ ਕਿਸ ਤਰ੍ਹਾਂ ਉਸ ਬਰੀਕੀ ਨੂੰ ਕਿਵੇਂ ਫੜਿਆ ਜਾਵੇ, ਕੀ ਕੀਤਾ ਜਾਵੇ, ਕੀ ਉਹ ਯੋਗਾ ਕਰਨ, ਕੀ ਉਹ ਕਰਨ, ਮਤਲਬ ਕਿਹੜੀ ਕਿੱਥੋਂ ਮਤਲਬ ਸ਼ੁਰੂ ਕਰਨ? ਮੇਰੇ ਮਾਰਗ ਵਿੱਚ ਵਾਣੀ ਹੈ, ਸਿਰਫ ਵਾਣੀ ਹੈ ਨਹੀਂ, ਮੇਰਾ ਅਨੁਭਵ, ਉਹ ਮੈਂ ਜੋ ਬੋਲ ਰਿਹਾ 16 ਸਾਲ ਤੋਂ, 1000 ਘੰਟੇ ਰਿਕਾਰਡ ਹੋ ਗਏ, ਮੇਰਾ ਅਨੁਭਵ ਐਰਲਾਈਨ, ਉਹ ਸੁਣ ਸੁਣ ਕਰੇ। ਤੁਸੀਂ ਪੁੱਛੋਗੇ ਨਾ ਜਿਹੜੇ 1000 ਅਲੱਗ ਅਲੱਗ ਜਿਹੜੇ ਕੀ ਕਿਹਾ, ਰੋਜ਼ ਇੱਕ ਵਾਣੀ ਸੁਣ। ਵਾਣੀ ਕੀ ਹੈ? ਕੁਛ ਨਹੀਂ ਕਿ ਮੈਂ ਇਹੋ ਕਹਿ ਰਿਹਾ। ਗੁਰੂ ਸਾਹਿਬ ਨੇ ਕੀ ਕਿਹਾ? ਉਹ ਕਹਿੰਦਾ ਮੈਂ ਤਾਂ ਹਿੰਦੂ ਹਾਂ, ਗੀਤਾ ਕੀ ਕਹਿ ਰਹੀ ਹੈ? ਮੈਂ ਤਾਂ ਕ੍ਰਿਸ਼ਨ ਹਾਂ, ਬਾਈਬਲ ਕੀ ਕਹਿ ਰਹੀ ਹੈ? ਸਮਝ ਆਈ ਹੈ? ਅਤੇ ਹੁਣ ਉਹਨਾਂ ਨੂੰ ਸਮਝ ਆਉਣ ਲੱਗ ਗਈ ਹੈ, ਮੌਜ ਆ ਰਹੇ। ਸਿਰਫ ਵਾਣੀ, ਕੁਛ ਨਹੀਂ ਹੈ ਵਾਣੀ, ਅਲੱਗ ਕੁਛ ਨਹੀਂ ਹੈ। ਮੈਂ ਸਮਝ ਗਿਆ ਬਾਈ ਕੀ ਲਿਖਿਆ ਹੈਗਾ ਗੁਰੂ ਸਾਹਿਬ ਨੇ, ਮੈਂ ਸਮਝ ਗਿਆ ਕੀ ਕਹਿ ਰਹੇ। ਤਨ ਮਨ ਧਨ ਤੁਝਕੋ ਅਰਪਣ ਕਿਆ ਲਾਗੇ ਮੇਰਾ, ਕਿਹਨੇ ਦਿੱਤਾ ਅਰਪਣ ਕੀਤਾ? ਰੱਬ ਦੇ ਅੱਗੇ ਜਾ ਕੇ ਬੋਲ ਰਹੇ ਹੋ, ਤਨ ਦਿੱਤਾ, ਬਾਹਰ ਆਉਂਦੇ ਰੋਂਦੇ ਹੋ, ਕੈਂਸਰ ਹੋ ਗਿਆ, ਡਾਇਬਟੀਜ਼ ਹੋ ਗਈ,
ਧਨ ਦਿੱਤਾ, ਚਲਾ ਗਿਆ ਲੱਖ ਰੁਪਇਆ। ਓ ਹਾਏ 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 ਹਾਏ, ਮਨ ਦੇ ਅੰਦਰ ਮਾਇਆ ਚੱਲ ਰਹੀ ਹੈ। ਗੁਰੂ ਸਾਹਿਬ ਮਨ ਜੀਤਾ ਜਗ ਜੀਤਾ। ਕੌਣ ਜਿਹੜਾ ਸਮਰਪਣ ਕਰ ਰਿਹਾ ਹੈ ਸੱਚਾ? ਸੱਚੇ ਤਾਂ ਸਾਹਿਬ ਰਾਜੀ ਨਾ, ਯਥਾਰਥਵਾਦੀ ਗੀਤਾ ਵੀ ਕਹਿ ਰਹੀ ਹੈ। ਜੀਸਸ ਕਹਿੰਦੇ ਲਵ ਇਜ਼ ਗਾਡ, ਪ੍ਰੇਮ ਪ੍ਰੇਮ ਕਰ ਰਿਹਾ। ਕੋਈ ਵਪਾਰ ਹੈ, ਤੂੰ ਮੇਰੇ ਲਈ ਕੁਝ ਕਰ, ਮੈਂ ਤੇਰੇ ਲਈ ਕੁਝ ਕਰਾਂਗਾ। ਤੂੰ ਰੋਟੀ ਖਿਲਾਈ, ਮੈਂ ਖਿਲਾਵਾਂ। ਤੂੰ ਸ਼ਾਦੀ 'ਤੇ ਆਇਆ, ਮੈਂ ਆਵਾਂ। ਤੂੰ ਮਰਨ 'ਤੇ ਆਇਆ, ਮੈਂ ਆਵਾਂ। ਵਪਾਰ ਚੱਲ ਰਿਹਾ, ਪਿਆਰ ਕਿੱਥੇ ਹੈ? ਅਤੇ ਪਿਆਰ ਤਾਂ ਰੱਬ ਕਰ ਰਿਹਾ। ਜਿਹਨੇ ਇੱਕ ਇੰਸਟਰੂਮੈਂਟ ਕੋਈ ਦੇ ਦੇ ਨਾ, ਅਗਰ 1,00,000 ਰੁਪਏ ਦਾ ਸਵੇਰੇ ਗਿਫਟ ਲਿਖ ਕੇ ਨਾਂ ਨਾ ਲਿਖ ਕੇ, ਅਤੇ ਸਾਹਮਣੇ ਵਾਲਾ ਕਹਿ ਰਿਹਾ ਕੌਣ ਦੇ ਗਿਆ? ਇੰਨਾ ਵਧੀਆ ਇੰਸਟਰੂਮੈਂਟ ਦਿੱਤਾ, ਉਹਨੂੰ ਮਿਲਣ ਦੀ ਇੱਛਾ ਹੈ ਕਿਸੇ ਨੂੰ? ਇਹੀ ਓ ਕਮੀ ਹੈ। ਅਤੇ ਰੱਬ ਨੂੰ ਕੋਈ ਨਹੀਂ ਚਾਹੁੰਦਾ। 16 ਸਾਲ ਇੱਕ ਨਹੀਂ ਮਿਲਿਆ, ਮੈਨੂੰ ਰੱਬ ਚਾਹੀਦਾ। ਜਿੰਦਾ ਗੁਰੂ ਨਾਨਕ ਦੇਵ ਚਾਹੀਦੇ, ਜਿੰਦਾ ਕ੍ਰਿਸ਼ਨ ਨਾਲ ਮਿਲਣਾ ਮੈਂ ਇਸ ਵਾਰ। ਉਹ ਕਮੀ ਹੈ। ਸੁਣਦੇ ਸੁਣਦੇ ਵਾਣੀ ਆਪਣੇ ਆਪ, ਅੱਜ ਮੇਰੇ ਲੋਕਾਂ ਨੂੰ ਮਿਲੋਗੇ ਨਾ, ਉਹ ਕਹਿੰਦੇ ਰੱਬ ਚਾਹੀਦਾ ਸਾਨੂੰ, ਜਿੰਦਾ ਗੁਰੂ ਨਾਨਕ ਦੇਵ ਚਾਹੀਦੇ, ਜਿੰਦਾ ਕ੍ਰਿਸ਼ਨ ਚਾਹੀਦੇ, ਜਿੰਦਾ ਰਾਮ। ਇਹ ਹੈ ਕ੍ਰੀਏਟ ਹੋ ਰਿਹਾ ਅੰਦਰ ਪਹਿਲੀ ਵਾਰ ਸੰਸਾਰ 'ਚ। 1,000,000,000 ਦਾ ਇੱਕ ਵੱਡਾ ਪਰਿਵਾਰ ਬਣ ਰਿਹਾ, ਜੋ ਰੱਬ ਚਾਹੀਦਾ ਨਾ। ਬੰਗਲਾ ਨਹੀਂ ਮਿਲਿਆ, ਗੱਡੀ ਨਹੀਂ ਮਿਲ ਗਿਆ, ਚੱਲੇਗਾ, ਰੱਬ ਚਾਹੀਦਾ। ਅਤੇ ਗਿਆਨ ਨਾਲ ਹੀ ਹੋਊਗਾ, ਉਹ ਸਭ ਗ੍ਰੰਥਾਂ 'ਚ ਹੈਗਾ। ਮੈਂ ਕੋਈ ਸਪੈਸ਼ਲੀ, ਮੈਂ ਤਾਂ ਅਨੁਭਵ ਕੀਤਾ, ਮੇਰੀ ਸਮਝ ਰਮਝ ਖੁੱਲ ਗਈ। ਮੱਤੀ ਵਿੱਚ ਰਤਨ ਜਵਾਰ ਮਾਣਿਕ, ਜੇ ਕਿ ਗੁਰ ਕੀ ਸਿੱਖ। ਉਹ ਗੁਰੂ ਸਾਹਿਬ ਦੀ ਸਿਖਾਵਨ ਸਮਝ ਆ ਗਈ ਹੈ, ਹੋਰ ਕੁਛ ਨਹੀਂ। ਮੋਜ ਆ ਗਈ, ਉਹ ਛੱਡਿਆ ਥੋੜ੍ਹੀ ਹੈ, ਕੁਛ ਨਹੀਂ ਛੱਡਿਆ। ਗ੍ਰਸਤ ਸੰਸਾਰ ਵਿੱਚ ਹੀ ਪਰ ਇਹਦੇ ਲਗਾਤਾਰ ਮਿਸ਼ਨ 800 ਕਰੋੜ ਰੱਖਿਆ ਹੈ, ਆਖਰੀ ਇਨਸਾਨ ਤੱਕ ਧਰਤੀ 'ਤੇ ਪਹੁੰਚਣਾ ਹੈ। ਅਤੇ ਦੌੜ ਰਿਹਾ ਗੀਆਂ ਲਗਾਤਾਰ। ਇਹ ਤਾਂ ਹੈ ਜੀ, ਗੁਰਬਾਣੀ ਕਹਿੰਦੀ ਹੈ ਅੰਮ੍ਰਿਤ ਸਦਾ ਹੀ ਵਰਸਦਾ ਬੁੱਝੇ ਬੁੱਝਣਹਾਰ। ਅਤੇ ਮੈਂ ਗੱਲ ਸੀਗਾ ਵੀ ਇਹੀ ਗੱਲ ਤਾਂ ਓਸ਼ੋ ਕਹਿ ਰਹੇ ਸੀਗੇ, ਜਿਹੜੀ ਗੱਲ ਆਪ ਦੀ ਗੱਲ ਰਹੇ ਹੋ ਕਿ ਜੋ ਓਸ਼ੋ ਕਹਿ ਰਹੇ ਸੀ ਉਹੀ ਗੱਲ ਆਪ ਕਰ ਰਹੇ ਹੋ। ਗੱਲ ਤਾਂ ਇਹ ਕਿ ਆਦਿ ਸਤ ਜੁਗਾਦ ਸਤ ਹੈ ਵੀ ਸਤ, ਨਾਨਕ ਹੋਰ ਜੀ ਵੀ ਸਤ, ਸੱਤ ਇੱਕ ਹੀ ਰਹਿਣਾ। ਸਮਝ ਨਹੀਂ ਆ ਰਹੀ ਨਾ, ਉਹ ਚਾਹੇ ਓਸ਼ੋ ਹੈ, ਆਉਣ ਵਾਲੇ ਕੱਲ੍ਹ ਦੇ ਅੰਦਰ ਕਿੰਨੇ ਵੀ ਲੋਕ ਆਉਣ, ਜੋ ਜਾਣੇਗਾ ਇਹੀ ਬੋਲੇਗਾ ਕਿ ਭਾਈ ਇਹ ਸਰੀਰ ਮਿਲਿਆ ਅਮੁੱਲ ਅਮੁੱਲ, ਇਹ ਸਰੀਰ ਮਰ ਜਾਏ ਸਾਰੀ ਦੁਨੀਆ ਦੀ ਦੌਲਤ ਦੇ ਕਰ 1 ਮਿੰਟ ਨਹੀਂ ਮਿਲਦਾ। ਇਸ ਅਮੁੱਲ ਸਰੀਰ ਨੂੰ ਸਮਝੋ, ਇੱਕ ਇੱਕ ਪਲ ਗਵਾ ਰਹੇ ਹੋ, ਮੌਜ ਵੀ ਚਾਹੋ ਅਤੇ ਰੱਬ ਇੰਤਜ਼ਾਰ ਕਰ ਰਿਹਾ। ਗੋਡ ਇਜ਼ ਵੇਟਿੰਗ ਫਾਰ ਯੂ, ਗੁਰੂ ਸਾਹਿਬ ਵੇਟਿੰਗ ਫਾਰ ਯੂ ਸੱਚਖੰਡ ਵਿੱਚ। ਇਹ ਸਭ ਉਹੀ ਬੋਲਣਗੇ, ਅਲੱਗ ਕਿੱਦਾਂ ਹੋਊਗਾ? ਪਰ ਫਰਕ ਇੰਨਾ, ਮੇਰਾ ਅਨੁਭਵ ਬੋਲ ਰਿਹਾ, ਕੋਈ ਵੈਸੇ ਹੀ ਬੋਲ ਰਿਹਾ। ਓਸ਼ੋ ਹੈ, ਉਹਨਾਂ ਦਾ ਅਨੁਭਵ ਹੈ, ਅਨੁਭਵ ਬੋਲ ਰਿਹਾ ਤੇ ਉਹ ਪਹੁੰਚਾਏਗਾ। ਮੈਨੂੰ ਅਗਰ ਰਸਤਾ ਪਤਾ ਹੈ, ਮੈਂ ਲੈ ਜਾਵਾਂਗਾ। ਮੈਂ ਖੁਦ ਹੀ ਸ਼ੋਕ ਦੁਖੀ ਬੈਠਾ ਹੋਇਆ, ਰਜਾਈ ਵਿੱਚ ਨਹੀਂ, ਮੈਂ ਤੁਹਾਨੂੰ ਕਿੱਧਰੋਂ ਲੈ ਜਾਵਾਂ ਰਜਾਈ ਵਿੱਚ? ਇਹ ਜ਼ਰੂਰੀ ਹੈ, ਕਹਿੰਦੇ ਹੱਥ ਉਹਦਾ ਫੜੋ ਜੋ ਤੁਹਾਨੂੰ ਲੈ ਜਾਏ ਪ੍ਰੈਕਟੀਕਲੀ। ਪਰ ਉਹਦੇ ਨਾਲ ਬੈਠੋ, ਦੇਖੋ ਕਿ ਐਵੇਂ ਸਿਰਫ ਬੋਲੇ ਜਾ ਰਿਹਾ, ਕੋਈ ਜੀਵਨ ਦਾ ਅਨੁਭਵ ਵੀ ਆਉਂਦਾ ਆਪਣਾ। ਅਨੁਭਵ ਹੈ ਤਾਂ ਲੈ ਚਲੋ, ਤੱਤਵ ਦਰਸ਼ੀ ਗਿਆਨੀ। ਗੁਰੂ ਸਾਹਿਬ ਜੀ ਤੱਤਵ ਅਨੁਭਵ ਤੋਂ ਦੱਸ ਰਿਹਾ, ਸਿਰਫ ਬੋਲੇ ਨਹੀਂ ਜਾ ਰਿਹਾ। ਉਹ ਅਨੁਭਵ ਜੀਵਨ ਦਾ ਮਿਲਿਆ, ਇਸ ਲਈ ਸਾਰਿਆਂ ਨੂੰ ਅਨੁਭਵ ਹੋ ਰਿਹਾ, ਚੱਲਣਾ ਹੈ ਫਿਰ ਜੀ। ਬਿਲਕੁਲ ਜੀ, ਗੁਰਬਾਣੀ ਆਪਾਂ ਨੂੰ ਬਹੁਤ ਕੁਛ ਸਿਖਾਉਂਦੀ ਹੈ, ਆਪਣੇ ਧਾਰਮਿਕ ਗ੍ਰੰਥ ਆਪਾਂ ਨੂੰ ਬਹੁਤ ਕੁਛ ਸਿਖਾਉਂਦੇ ਨੇ। ਇਹ ਵੱਖਰੀ ਗੱਲ ਆ ਕਿ ਆਪਾਂ ਕਿ ਮੇਰਾ ਪੂਰੇ ਉਹਨਾਂ 'ਤੇ ਨਹੀਂ ਚੱਲਦੇ ਹੈਗੇ, ਉਹਨਾਂ ਦੇ ਵਿੱਚ ਅਸੀਂ ਵੀ ਸ਼ਾਮਿਲ ਹਾਂ। ਇਹਨਾਂ ਤੁਸੀਂ ਕਹਿ ਦਿਓ ਵੀ ਇਹ ਤੁਹਾਨੂੰ ਮੈਂ ਗੱਲ ਕਹਿ ਰਿਹਾ ਵਾਂ। ਅਤੇ ਇਹੀ ਗੱਲ ਆ, ਮੈਨੂੰ ਲੱਗਦਾ ਵੀ ਇੱਥੇ ਹੀ ਗੱਲ ਰਹਿ ਜਾਂਦੀ ਹੈ। ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੰਨੇ ਕੁ ਖਜ਼ਾਨੇ ਭਰੇ ਪਏ ਆ, ਜੇ ਉਹਨਾਂ ਨੂੰ ਆਪਾਂ ਖੋਜਣ ਲੱਗ ਪਈਏ, ਤਾਂ ਮੈਨੂੰ ਲੱਗਦਾ ਵੀ ਉਹ ਥਾਂ ਸਮੁੰਦਰ ਆ, ਉਹਨਾਂ ਨੂੰ ਖੋਜਦਿਆਂ ਮਨੁੱਖ ਜੋ ਭਾਈ ਸਾਹਿਬ ਜਿਹੜੀ ਸਟੇਜ ਦੀ ਗੱਲ ਕਰ ਰਹੇ ਨੇ, ਉਸ ਅਵਸਥਾ ਦੇ ਵਿੱਚ ਉਸ ਸਟੇਜ ਦੇ ਵਿੱਚ ਪਹੁੰਚ ਸਕਦੇ ਨੇ। ਪਰ ਗੱਲ ਆ ਉਹਨਾਂ ਨੂੰ ਖੋਜਣ ਦੀ, ਉਹਨਾਂ ਨੂੰ ਮੰਨਣ ਦੀ, ਕਿਉਂਕਿ ਗੁਰਬਾਣੀ ਇਕੱਲੀ ਪੜ੍ਹਨ ਦੀ ਚੀਜ਼ ਨਹੀਂ। ਮੈਂ ਤਾਂ ਸਮਝਦਾ ਵੀ ਗੁਰਬਾਣੀ ਆਪਾਂ ਨੂੰ, ਆਪਾਂ ਪੜ੍ਹਨਾ ਕੀ ਆ, ਆਪਾਂ ਨੂੰ ਉਹ ਵੀ ਸਿਖਾਉਂਦੀ ਆ, ਅਤੇ ਆਪਾਂ ਖਾਣਾ ਕੀ ਆ, ਆਪਾਂ ਨੂੰ ਇਹ ਵੀ ਸਿਖਾਉਂਦੀ ਆ, ਬੜਾ ਕੁਛ ਆਪਾਂ ਨੂੰ ਗੁਰਬਾਣੀ ਸਿਖਾਉਂਦੀ ਆ। ਵੱਖਰੀ ਗੱਲ ਆ ਕਿ ਆਪਾਂ ਉਹਨੂੰ ਜ਼ਿੰਦਗੀ ਦੇ ਵਿੱਚ ਜਿਹੜਾ ਪੂਰੀ ਤਰ੍ਹਾਂ ਅਪਣਾਉਂਦੇ ਨਹੀਂ ਗੇ, ਅਤੇ ਤਾਂ ਹੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜੀ ਕਮੀ ਰਹਿ ਜਾਂਦੀ ਹੈ। ਅਤੇ ਭਾਈ ਸਾਹਿਬ ਮਾਸਟਰ ਜੀ, ਜੋ ਹਮਾਰੇ ਦਰਸ਼ਕ
ਪ੍ਰੋਗਰਾਮ ਦੇਖ ਰਹੇ ਆ ਦੇਸ਼ੋਂ ਵਿਦੇਸ਼ੋਂ ਮੇਂ, ਤੋ ਵਿਸ਼ੇਸ਼ ਤੌਰ ਤੇ ਕਿਆ ਕਹਿਣਾ ਚਾਹਤੇ ਹੋ? ਮੈਂ ਤਾਂ ਇਹੀ ਕਹੂੰਗਾ ਕਿ ਜੀਵਨ ਬਹੁਤ ਅਮੁੱਲ ਹੈ, ਇੱਕ ਮਿੰਟ ਮਰਨੇ ਕੇ ਬਾਅਦ ਸਾਰੀ ਦੌਲਤ ਦੇ ਕਰ ਨਹੀਂ ਮਿਲੇਗਾ ਦੁਨੀਆ ਕੀ, ਇਸਕੋ ਗਵਾਓ ਮਤ। ਗੁਰੂ ਸਾਹਿਬ ਨੇ ਕਿਹਾ ਰਜ਼ਾਈ ਮੈਂ ਆ ਜਾਓ, ਸਭ ਖੇਲ ਹੈ, ਰੋਲ ਹੈ, ਕੈਮਰੇ ਕੇ ਆਗੇ ਇੰਜੋਏ ਕਰੋ, ਦੁਖੀ ਹੋ ਗਏ ਤੋ ਫਿਰ ਜਨਮ ਮਰਨ ਮੈਂ ਆਉਣਾ ਪਏਗਾ। ਇਸ ਲਈ ਕਹਿ ਰਿਹਾ ਬਸ ਆਪਣੀ ਮੌਜ ਵਿੱਚ ਰਹੋ, ਰਜ਼ਾ ਵਿੱਚ ਆ ਜਾਓ, ਉਹ ਤਾਂ ਹੋਏਗਾ। ਗੁਰੂ ਸਾਹਿਬ ਦੀ ਇੱਕ ਇੱਕ ਵਚਨ ਗਹਿਰਾ ਰਾਜ ਹੈ, ਉਹਦੇ ਅੰਦਰ ਉਤਰ ਜਾਓ, ਉਤਰ ਜਾਓ ਅਤੇ ਪੌੜੀਆਂ ਚੜ੍ਹਦੇ ਜਾਓ ਅਤੇ ਜੀਵਨ ਬਹੁਤ ਮੌਜੀ ਜਾਏਗਾ। ਇਹੀਓ ਮੇਰਾ ਇਸ ਜੀਵਨ ਮੈਂ ਦਬਾਓ ਨਹੀਂ, ਇਹ ਬੜੀ ਖੁਸ਼ੀਆਂ ਲੈ ਕੇ ਆਇਆ, ਬਸ ਗੁਰੂ ਸਾਹਿਬ ਦੀ ਵਚਨਾਂ ਨੂੰ ਵਾਣੀ ਨੂੰ ਆਪਣੇ ਜੀਵਨ 'ਚ ਉਤਾਰ ਲਓ ਅਤੇ ਮਸਤੀ ਮਸਤ ਹੋ ਜਾਏਗਾ ਜੀ। ਬਿਲਕੁਲ ਜੀ, ਗੁਰਬਾਣੀ ਵੀ ਆਪਾਂ ਨੂੰ ਇਹੀ ਸਮਝਾਉਂਦੀ ਆ, ਮਾਨਸ ਜਨਮ ਦੁਰਲੱਭ ਹੈ, ਮਿਲੇ ਨਾ ਵਾਰੰਬਾਰ, ਅਤੇ ਜੇ ਆਪਾਂ ਸਹੀ ਰਸਤੇ ਚੱਲ ਕੇ ਜੋ ਆਪਾਂ ਨੂੰ ਗੁਰੂ ਸਾਹਿਬ ਸਿਖਾ ਕੇ ਗਏ ਨੇ ਉਹ ਸੱਪਾਂ ਮਾਰਗ 'ਤੇ ਚੱਲ ਕੇ ਅੱਗੇ ਪਹੁੰਚ ਜਾਂਦੇ, ਆਪਣਾ ਜੀਵਨ ਜਿਹੜਾ ਸਫਲ ਹੋ ਜਾਂਦਾ। ਬਹੁਤ ਚੰਗਾ ਲੱਗਿਆ ਮਾਸਟਰ ਜੀ ਹੋਣਾਂ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਕੇ। ਅਸੀਂ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਅੱਜ ਸੁਲਤਾਨਪੁਰ ਵਿਖੇ ਆਏ ਅਤੇ ਇਹਨਾਂ ਦੇ ਨਾਲ ਜਿਹੜੇ ਵਿਚਾਰ ਵਟਾਂਦਰਾ ਕਰਨ ਦਾ ਮੌਕਾ ਮਿਲਿਆ। ਸੋ ਮੈਨੂੰ ਜੇ ਉੱਥੇ ਆ ਗਿਆ, ਸਤਿ ਸ਼੍ਰੀ ਅਕਾਲ।